ਕਾਰਗੁਜ਼ਾਰੀ ਹੈ, ਇਹ ਬਹੁਤ ਢਿੱਲੀ ਤੇ ਸਿੱਲੀ ਕਾਰਗੁਜ਼ਾਰੀ ਹੈ। ਔਰ ਤੂੰ ਜੋ ਪ੍ਰਭੂ ਮਸੀਹ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਆ, ਤੈਨੂੰ ਮਸੀਹ ਭਾਈਚਾਰਾ ਕਦੇ ਬਖਸ਼ੇਗਾ ਨਹੀਂ। ਇਹ ਲੜਾਈ ਜਿਹੜੀ ਹੈ ਪੂਰੀ ਸਮੁੱਚੀ ਕੌਮ ਦੀ ਆ, ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਆ। ਅਧਿਕਾਰ ਕਿਹਨੇ ਦਿੱਤਾ ਕਿ ਤੁਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਬਾਰੇ ਮਾਂ ਚੰਗਾ ਬੋਲੋ ਕਿ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ? ਇਹ ਤੇ ਸੰਘਰਸ਼ ਤੇਜ਼ ਹੋਏਗਾ। ਅੱਜ ਤੇ ਹਾਲ ਬਾਜ਼ਾਰ ਦੇ ਵਿੱਚ ਥੋੜੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ, ਪੂਰੇ ਪੰਜਾਬ ਭਰ ਬੰਦ ਕੀਤਾ ਜਾਏਗਾ, ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਏਗਾ। ਜਸਵੰਤ ਸਿੰਘ ਜੀ ਨੂੰ ਜਲਦ ਤੋਂ ਜਲਦ ਜੇਲ੍ਹ ਦੇ ਪਿੱਛੇ ਪਰਚਾ ਕਰਕੇ ਦਿੱਤਾ ਜਾਵੇ, ਔਰ ਮਸੀਹ ਭਾਈਚਾਰੇ ਜੋ ਹੇਠੇ ਉਡੁੰਬੜੇ ਗਏ ਨੇ ਉਹਨਾਂ ਨੂੰ ਪੱਟੀ ਦਾ ਕੰਮ ਕੀਤਾ ਜਾਵੇ। ਬੇਨਤੀ ਕਰਾਂਗਾ ਪੂਰਨ ਸਫਰੀ ਨੂੰ, ਜੋ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਦੇ ਕੌਮੀ ਜਨਰਲ ਸਕੱਤਰ ਆ। ਸਭ ਨੂੰ ਜੈ ਮਸੀਹ ਜੀ। ਅੱਜ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮਸੀਹ ਭਾਈਚਾਰੇ ਨਾਲ ਅਤੇ ਉਹਦੇ ਧਰਮ ਨਾਲ ਦਿਨ ਦਹਾੜੇ ਆਏ ਬੀਤੇ ਦਿਨਾਂ ਦੇ ਸੇਵ ਸਾਧ ਧਰਮ ਨਾਲ ਕੀਤੀ ਜਾਂਦੀ ਹੈ, ਜੋ ਗੁਜ਼ਰੇ ਦਿਨਾਂ ਦੇ ਵਿੱਚ ਜਸਵੰਤ ਸਿੰਘ ਨੇ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਬਹੁਤ ਨਿੰਦਣਯੋਗ ਘਟੀਆ ਆਪਸ ਸ਼ਬਦ ਬੋਲੇ, ਅਤੇ ਉਹ ਬੋਲਦਾ ਹੋਇਆ ਕਹਿੰਦਾ ਹੈ ਕਿ ਪਰ ਮੈਨੂੰ ਮਾਰਿਓ ਨਾ। ਦੇਖੋ ਇਹ ਸ਼ਬਦ ਉਹਨੇ ਆਪਣੇ ਮੂੰਹ ਤੋਂ ਖੁਦ ਹੀ ਨਿਕਲੇ ਕਿ ਮੈਨੂੰ ਮਾਰਿਓ ਨਾ। ਸਿੱਤਰ ਖਾਨ ਦੇ ਕੰਮ ਉਹਨੇ ਖੁਦ ਕੀਤੇ, ਉਹ ਦੋਸ਼ੀ ਦੇ ਖਿਲਾਫ ਜਸਵੰਤ ਸਿੰਘ ਦੇ ਖਿਲਾਫ ਐਫਆਈਆਰ ਲੋਡ ਕੀਤੀ ਜਾਵੇ ਤਾਂ ਕਿ ਮਸੀਹ ਭਾਈਚਾਰੇ ਦੋਸ਼ੀਆਂ ਦੇ ਕਾਰਵਾਈ ਕਰਨ ਦੀ ਕੱਲ ਕੋਈ ਨਹੀਂ ਸਾਹਮਣਾ ਕਰਕੇ ਸਰਕਾਰੀ ਸਮਾਂ ਨਾਲ ਗੱਲ ਵੀ ਪੈ ਸਕਦਾ, ਅਤੇ ਫੇਰ ਵੀ ਕਈ ਨਿੰਦਣ ਲੋਕ ਅਪਮਾਨ ਲੋਕ ਅੱਜ ਜਿਹੜਾ ਮਸੀਹ ਭਾਈਚਾਰੇ ਦੇ ਅੰਦਰ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ, ਇੱਥੇ ਮੀਡੀਆ ਦੇ ਮਾਧਿਅਮ ਤੋਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਇਹ ਬਹੁਤ ਢਿੱਲੀ ਤੇ ਸਿੱਲੀ ਕਾਰਗੁਜ਼ਾਰੀ ਹੈ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਟੀਵੀ ਕਲਾਕਾਰਾਂ ਦੇ ਹਾਲੇ ਤੱਕ ਜਿਹੜੀ ਉਹਨਾਂ ਦੀ ਅਰੈਸਟ ਪਈ ਨਹੀਂ ਹੈ, ਤੇ ਜੇ ਕਿਸੇ ਆਮ ਵਿਅਕਤੀ ਨੇ ਕੋਈ ਕ੍ਰਾਈਮ ਕੀਤਾ ਹੁੰਦਾ ਤੇ ਪੁਲਿਸ ਉਹਨੂੰ ਰੋਡ ਦੇ ਵਿੱਚੋਂ ਕੱਢ ਲੈਂਦੀ ਹੈ, ਪਰ ਸਾਨੂੰ ਹਾਲੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਉਹ ਜਿਹੜੀਆਂ ਮਸ਼ਹੂਰ ਹਸਤੀਆਂ ਉਹ ਅੱਜ ਤੱਕ ਸਲਾਖਾਂ ਦੇ ਪਿੱਛੇ ਕਿਉਂ ਨਹੀਂ ਹੈ, ਕੀ ਕਾਰਨ ਹੋ ਗਿਆ? ਭਾਰਤ ਦੇ ਅੰਦਰ ਦੋਹਰਾ ਕਾਨੂੰਨ ਕਦੇ ਨਹੀਂ ਚੱਲਦਾ। ਅੱਜ ਫਿਰ ਇੱਕ ਵਾਰ ਮੀਡੀਆ ਸਾਹਮਣੇ, ਕੈਮਰੇ ਸਾਹਮਣੇ ਔਰ ਗਿਆਨੀ ਜਸਵੰਤ ਸਿੰਘ ਜੀ ਨੂੰ ਚੈਲੰਜ ਕਰਦਾ ਹੈ ਔਰ ਇਹ ਬੋਲਦਾ ਹੈ ਕਿ ਤੂੰ ਕਿਹਾ ਹੈ ਕਿ ਮਸੀਹ ਭਾਈਚਾਰਾ ਆਹਮਣੇ ਸਾਹਮਣੇ ਗੱਲ ਕਰੇ, ਅੱਜ ਮਸੀਹ ਭਾਈਚਾਰਾ ਤੇਰੇ ਆਹਮਣੇ ਸਾਹਮਣੇ ਆ ਸਾਹਮਣੇ, ਔਰ ਤੂੰ ਜੋ ਪ੍ਰਭੂ ਯਿਸੂ ਮਸੀਹ ਦੇ ਬਾਰੇ
ਭੱਦੀ ਸ਼ਬਦਾਵਲੀ ਵਰਤੀ ਆ, ਤੈਨੂੰ ਮਸੀਹ ਭਾਈਚਾਰਾ ਕਦੇ ਬਖਸ਼ੇਗਾ ਨਹੀਂ। ਅਜੇ ਇਹ ਨੰਬਰੀ ਆ, ਪਿਕਚਰ ਅਜੇ ਬਾਕੀ ਆ। ਇਹ ਸਨ ਸਾਡੇ ਸ਼ੇਰਵੀਰ ਯੋਧੇ ਪਾਸਟਰ ਬਲਰਾਜ ਗਿੱਲ ਜੀ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਵਿੱਚ ਪ੍ਰਧਾਨ ਰਮੇਸ਼ ਗਿੱਲ ਜੀ, ਰਮੇਸ਼ ਗਿੱਲ ਜੀ ਪ੍ਰਧਾਨ ਜੋ ਸਾਡੇ ਆ, ਬਹੁਤ ਪੁਰਾਣੇ ਮਸੀਹ ਆਗੂ ਆ ਇਹ ਆਲਮ ਸਲਮਾ ਤੋਂ। ਰਮੇਸ਼ ਗਿੱਲ ਜੀ, ਪ੍ਰਧਾਨ ਰਮੇਸ਼ ਗਿੱਲ ਜੀ, ਠੀਕ ਹੈ, ਉਹਨਾਂ ਦੇ ਹਾਜ਼ਰ ਆ ਵੀ। ਹੁਣ ਮੈਂ ਬੇਨਤੀ ਕਰਾਂਗਾ, ਮੈਂ ਸਾਰੇ ਪਾਸਟਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਵਾ ਜਿੰਨੇ ਵੀ ਆਏ ਆ। ਉਸ ਤੋਂ ਪਹਿਲਾਂ ਕਿ ਮੈਂ ਬੋਲਾਂ, ਮੈਂ ਆਪਣੇ ਬੋਲਣ ਤੋਂ ਪਹਿਲਾਂ ਮੇਰੇ ਵੀਰ ਜਤਿੰਦਰ ਗੌਰਵ ਜੀ, ਜਰਨਲ ਸਕੱਤਰ ਰਾਸ਼ਟਰੀ ਮਸੀਹ ਸੰਘ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਜੋ ਵੀ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ, ਇਹ ਕੋਈ ਵੱਡਾ ਸਮਾਂ ਨਹੀਂ ਰੱਖਿਆ ਗਿਆ, ਕੱਲ ਸ਼ਾਮ ਦਾ ਸਨੇਹ ਲੱਗਾ ਵਾ ਇਹ ਸਾਰੇ ਅਚਾਨਕ ਹੀ ਇਹਨਾਂ ਸਾਰੇ ਪਾਸਟਰ ਸਾਹਿਬਾਨਾਂ ਨੂੰ। ਔਰ ਜਤਿੰਦਰ ਗੌਰਵ ਜੀ ਨਾਲ ਵੀ ਮੇਰੀ ਗੱਲ ਹੋਈ ਸੀ, ਉਹਨਾਂ ਕਿਹਾ ਕਿ ਵੱਡੇ ਵੀਰ ਜੀ ਆਪਾਂ ਚਾਰ ਪੇਸ਼ ਕਰਨਗੇ। ਜਤਿੰਦਰ ਗੌਰਵ ਮੌਕੇ ਤੇ ਪਹੁੰਚੇ ਸਾਰੇ ਪਾਸਟਰ ਸਾਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹ ਆਪਣਾ ਕੀਮਤੀ ਸਮੇਂ ਕੱਢ ਕੇ ਇੱਥੇ ਪਹੁੰਚੇ ਨੇ। ਰਾਤ ਨੂੰ ਮੇਰੀ ਗੱਲ ਮੇਰੇ ਵੱਡੇ ਵੀਰ ਜਸਪਾਲ ਮਸੀਹ ਜੀ ਨਾਲ ਹੋਈ ਸੀ ਗੱਲ, ਇਹਨਾਂ ਨੇ ਮੈਨੂੰ ਦੱਸਿਆ ਕਿ ਸਵੇਰੇ ਆਪਾਂ ਉੱਥੇ ਪੁਤਲਾ ਫੂਕਣਾ ਵਾ। ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਰਾਸ਼ਟਰ ਮਸੀਹ ਸੰਘ ਤੁਹਾਡੇ ਨਾਲ ਆ, ਤੁਹਾਡੇ ਨਾਲ ਚੱਲ ਕੇ, ਕਿਉਂਕਿ ਇਹ ਲੜਾਈ ਜਿਹੜੀ ਹੈ ਪੂਰੀ ਸਮੁੱਚੀ ਕੌਮ ਦੀ ਆ, ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਆ। ਇਸ ਕਰਕੇ ਅਸੀਂ ਆਪਣੇ ਵੱਡੇ ਵੀਰ ਜਸਪਾਲ ਮਸੀਹ ਜੀ ਦੇ ਨਾਲ ਆ, ਔਰ ਜਿੰਨੇ ਪਾਸਟਰ ਸਾਹਿਬਾਨ ਆਏ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਬੋਲ ਸਕਿਆ, ਮੈਂ ਉਹਨਾਂ ਕੋਲ ਸ਼ਮਾ ਮੰਗਦਾ ਵਾਂ ਤੇ ਮੈਂ ਮੇਰੇ ਸਤਿਕਾਰਯੋਗ ਸਾਰੇ ਪਾਸਟਰ ਸਾਹਿਬ ਇੱਥੇ ਆਏ ਨੇ, ਮੈਂ ਧੰਨਵਾਦ ਕਰਦਾ ਵਾਂ। ਔਰ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਵਾਂ ਕਿ ਮਸੀਹ ਭਾਈਚਾਰੇ ਤੇ ਜੋ ਇੰਨੀ ਸਦੱਸਿਆ ਹੋ ਰਹੀ ਹੈ, ਕਿਉਂ ਹੋ ਰਹੀ ਆ, ਕਿਉਂਕਿ ਮਸੀਹ ਭਾਈਚਾਰਾ ਹਮੇਸ਼ਾ ਸ਼ਾਂਤੀ ਦਾ ਪ੍ਰਚਾਰ ਕਰਦਾ ਵਾ। ਤਾਂ ਕਰਕੇ ਗਿਆਨੀ ਜਸਵੰਤ ਸਿੰਘ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਗਿਆਨੀ ਤਾਵਾ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਸ੍ਰਿਸ਼ਟੀ ਕਰਤਾ ਜਿਹੜੇ ਨੇ ਉਹਨਾਂ ਦੇ ਬਾਰੇ ਤੁਸੀਂ ਮਾੜਾ ਚੰਗਾ ਬੋਲ ਰਹੇ ਹੋ। ਅਸੀਂ ਆਪਣੇ ਘਰਾਂ 'ਚ ਜਿੱਥੇ ਬੱਚਿਆਂ ਨੂੰ ਬਾਈਬਲ ਦਾ ਗਿਆਨ ਦੇਂਦੇ ਹਾਂ, ਉੱਥੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਦੱਸਦੇ ਹਾਂ, ਗੁਰੂਆਂ ਬਾਰੇ ਵੀ ਦੱਸਦੇ, ਜੋ ਉਹਨਾਂ ਦੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਵਾ ਉਹਨਾਂ ਬਾਰੇ ਵੀ ਦੱਸਦੇ ਹਾਂ। ਮਗਰ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਤੁਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਬਾਰੇ ਮਾੜਾ ਚੰਗਾ ਬੋਲੋ, ਔਰ ਕ੍ਰਿਸਚਨ ਸਮਾਜ ਨੂੰ ਏਦਾਂ ਦਾ ਵੱਡਾ ਜ਼ਖਮ ਦੇਵੋ ਕਿ ਜਿਹੜਾ ਕਦੀ ਵੀ ਭਰਿਆ ਨਹੀਂ ਜਾ ਸਕਦਾ। ਔਰ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਹੋਏਗਾ। ਅੱਜ ਤੇ ਹਾਲ ਬਾਜ਼ਾਰ ਦੇ ਵਿੱਚ ਥੋੜੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ, ਪੂਰੇ ਪੰਜਾਬ ਭਰ ਬੰਦ ਕੀਤਾ ਜਾਏਗਾ, ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਏਗਾ। ਔਰ ਮੈਂ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਮੇਰੇ ਵੱਡੇ ਵੀਰ ਜਸਪਾਲ ਜੀ ਨੇ ਦੱਸਿਆ ਕਿ ਇਹ ਇੱਕ ਪਾਸਟਰ ਜੀ ਆਏ ਨੇ, ਇਹਨਾਂ ਦੇ ਨਾਲ ਸੰਗਤ ਨਹੀਂ ਹਲਿਆ ਸਾਹਿਬ ਆਪਾਂ ਕਹੀ, ਇਕੱਲੇ ਇੱਕ ਕੋਲ ਤੇ ਇਹਨਾਂ ਦੀ ਕੋਲ ਤੇ ਇੱਕ ਇੱਕ ਪਾਸਟਰ ਜੀ ਪਹੁੰਚੇ ਨੇ। ਜੇ ਪੂਰੀ ਸੰਗਤ ਮਸੀਹ ਭਾਈਚਾਰਾ ਸੜਕਾਂ ਤੇ ਉਤਰਿਆ ਤਾਂ ਪੰਜਾਬ ਬਹੁਤ ਛੇਤ ਬੰਦ ਹੋਏਗਾ। ਇਸ ਲਈ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਇਹਨਾਂ ਨੂੰ ਜਸਵੰਤ ਸਿੰਘ ਜੀ ਨੂੰ ਜਲਦ ਤੋਂ ਜਲਦ ਜੇਲ੍ਹ ਦੇ ਪਿੱਛੇ ਪਰਚਾ ਕਰਕੇ ਦਿੱਤਾ ਜਾਵੇ, ਔਰ ਮਸੀਹ ਭਾਈਚਾਰੇ ਜੋ ਹੇਠੇ ਉਡੰਬੜੇ ਗਏ ਇਹਨਾਂ ਦੀ ਮਲਮ ਪੱਟੀ ਦਾ ਕੰਮ ਕੀਤਾ ਜਾਵੇ ਸਾਰਿਆਂ ਨੂੰ। ਹਾਲੇਲੂਯਾ। ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਇਹ ਬਹੁਤ ਢਿੱਲੀ ਤੇ ਸਿੱਲੀ ਕਾਰਗੁਜ਼ਾਰੀ ਹੈ। ਔਰ ਤੂੰ ਜੋ ਪ੍ਰਭੂ ਮਸੀਹ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਆ, ਤੈਨੂੰ ਮਸੀਹ ਭਾਈਚਾਰਾ ਕਦੇ ਬਖਸ਼ੇਗਾ ਨਹੀਂ। ਇਹ ਲੜਾਈ ਜਿਹੜੀ ਹੈ ਪੂਰੀ ਸਮੁੱਚੀ ਕੌਮ ਦੀ ਆ, ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਆ। ਕਿਹਨੇ ਦਿੱਤਾ ਕਿ ਤੁਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਬਾਰੇ ਮਾੜਾ ਚੰਗਾ ਬੋਲੋ ਕਿ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਹੋਏਗਾ। ਅੱਜ ਤੇ ਹਾਲ ਬਾਜ਼ਾਰ ਦੇ ਵਿੱਚ ਥੋੜੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ, ਪੂਰੇ ਪੰਜਾਬ ਭਰ ਬੰਦ ਕੀਤਾ ਜਾਏਗਾ, ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਏਗਾ। ਜਸਵੰਤ ਸਿੰਘ ਜੀ ਨੂੰ ਜਲਦ ਤੋਂ ਜਲਦ ਜੇਲ੍ਹ ਦੇ ਪਿੱਛੇ ਪਰਚਾ ਕਰਕੇ ਦਿੱਤਾ ਜਾਵੇ, ਔਰ ਮਸੀਹ ਭਾਈਚਾਰੇ ਜੋ ਹੇਠੇ ਉਡੰਬੜੇ ਗਏ ਇਹਨਾਂ ਦੀ ਮਲਮ ਪੱਟੀ ਦਾ ਕੰਮ ਕੀਤਾ ਜਾਵੇ।